अमृतसर में आज पंजाब से आए अलग अलग यूनिवर्सिटी के स्टूडेंट्स की तरफ से धरना प्रदर्शन किया गया। स्टूडेंट्स का कहना है कि पिछले काफी समय से ऑनलाइन पढ़ाई हो रही है और परीक्षाएं ऑफलाइन देने के लिए कहा जा रहा है। छात्रों ने मांग की है कि एग्जाम भी ऑनलाइन होने चाहिए। ਅਤੇ ਸਾਨੂੰ ਪਤਾ ਲੱਗਾ ਜਿਵੇਂ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ। ਇਹ ਪ੍ਰੋਟੈਸਟ ਅੱਜ ਦਾ ਨਹੀਂ ਚੱਲ ਰਿਹਾ, ਇਸ ਤੋਂ ਪਹਿਲਾਂ ਵੀ 3-4 ਵਾਰ ਇੱਥੇ ਸਾਡੇ ਵੀਰਾਂ ਅਤੇ ਭੈਣਾਂ ਨੇ ਇੱਥੇ ਆ ਕੇ ਧਰਨੇ ਲਗਾਏ, ਵੀਸੀ ਸਾਹਿਬ ਨੂੰ ਅਪੀਲ ਕੀਤੀ, ਜਿਹਦੇ ਵਿੱਚ ਅਸੀਂ ਇੱਕੋ ਮੰਗ ਰੱਖਦੇ ਹਾਂ ਕੋਰੋਨਾ ਮਹਾਮਾਰੀ ਕਰਕੇ ਜਿਹੜੀਆਂ ਸਾਡੇ ਵੀਰਾਂ ਦੀਆਂ ਕਲਾਸਾਂ ਨਹੀਂ ਲੱਗ ਸਕੀਆਂ ਉਹਦੇ ਆਧਾਰ ਦੇ ਉੱਤੇ ਅਸੀਂ ਇੱਕੋ ਮੰਗ ਕੀਤੀ ਕਿ ਆਨਲਾਈਨ ਐਗਜ਼ਾਮੀਨੇਸ਼ਨ ਕੀਤੀ ਜਾਵੇ, ਪਰ ਵੀਸੀ ਸਾਹਿਬ ਨੇ ਸਾਡੀ ਗੱਲ ਦੇ ਉੱਤੇ ਕਦੀ ਗੌਰ ਨਹੀਂ ਕੀਤਾ ਗਿਆ। ਅੱਜ ਪ੍ਰੋਟੈਸਟ ਇਹੀ ਚੱਲ ਰਿਹਾ ਹੈਗਾ ਕਿ ਸਾਡੀਆਂ ਕਲਾਸਾਂ ਆਨਲਾਈਨ ਲੱਗੀਆਂ ਨੇ, ਤਾਂ ਆਪਾਂ ਚਾਹੁੰਦੇ ਹਾਂ ਕਿ ਪੇਪਰ ਵੀ ਆਨਲਾਈਨ ਹੀ ਲਏ ਜਾਣ। ਅੱਜ ਦੇਖ ਸਕਦੇ ਤੁਸੀਂ ਇਕੱਠ ਕਿੰਨਾ ਹੈਗਾ, ਅੱਜ 4 ਜ਼ਿਲ੍ਹਿਆਂ ਦੇ ਲੋਕ ਇਕੱਠੇ ਹੋਏ ਆ ਇੱਥੇ, ਅਤੇ ਮੈਂ ਵੀ ਖਾਲਸਾ ਕਾਲਜ 'ਚ ਪੜ੍ਹਦਾ ਹੈਗਾ, ਅਤੇ ਮੈਂ ਚਾਹੁੰਦਾ ਕਿ ਪੇਪਰ ਆਨਲਾਈਨ ਹੀ ਲਏ ਜਾਣ। ਅਸੀਂ ਇਹ ਚਾਹੁੰਦੇ ਹਾਂ ਕਿ ਜੇ ਯੂਨੀਵਰਸਿਟੀ ਨੇ ਆਨਲਾਈਨ ਸਟੱਡੀ ਕਰਵਾਈ ਆ ਤਾਂ ਆਨਲਾਈਨ ਪੇਪਰ ਲੈਣ, ਅਸੀਂ ਆਫਲਾਈਨ ਪੇਪਰ ਦੇਣ 'ਚ ਹੱਕ ਦੇ ਵਿੱਚ ਨਹੀਂ ਹੈਗੇ ਆ। ਹਾਂਜੀ, ਪਹਿਲਾਂ ਵੀ ਕੀਤਾ ਵਾ, ਪਰ ਇਹਨਾਂ ਨੇ ਸਾਡੀ ਇੱਕ ਸੁਣਵਾਈ ਨਹੀਂ ਸੁਣੀ ਆ, ਪਰ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ।